ਹੁਣ ਲੱਗਦਾ ਹੈ ਕਿ ਜਿਸ ਅਹਿਸਾਸ ਨਾਲ ਅਸੀਂ ਆਪਣੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਵਿੱਚ ਇੱਕ ਦੂਜੇ ਨੂੰ ਪ੍ਰਪੋਜ਼ ਕੀਤਾ ਸੀ, ਉਹ ਅਹਿਸਾਸ ਮੇਰੇ ਅੰਦਰੋਂ ਖਤਮ ਹੋ ਰਿਹਾ ਹੈ। ਕਾਰਨ ਸਮਝਣਾ ਬਹੁਤ ਔਖਾ ਹੈ, ਪਰ ਜੋ ਉੱਪਰ ਜਾਂਦਾ ਹੈ ਉਹ ਜ਼ਰੂਰ ਹੇਠਾਂ ਆਉਂਦਾ ਹੈ। ਜੋ ਸੰਸਾਰ ਵਿੱਚ ਆਉਂਦਾ ਹੈ ਉਹ ਕਿਤੇ ਹੋਰ ਜਾਣਾ ਚਾਹੁੰਦਾ ਹੈ। ਖੈਰ, ਮੈਨੂੰ ਨਹੀਂ ਪਤਾ ਕਿ ਸਾਡਾ ਪਿਆਰ ਕਿੱਥੇ ਤੱਕ ਜਾਊਗਾ, ਪਰ ਇੰਜ ਲੱਗਦਾ ਹੈ ਕਿ ਹੁਣ ਮੇਰਾ ਦਿਲ ਇੰਨਾ ਕਠੋਰ ਹੋ ਗਿਆ ਹੈ ਕਿ ਤੁਹਾਡੇ ਪਿਆਰ ਦਾ ਜਵਾਬ ਨਹੀਂ ਦੇ ਸਕਦਾ। ਬਿਹਤਰੀ ਹੈ ਕਿ ਅਸੀਂ ਇੱਕ ਦੂਜੇ ਤੋਂ ਵੱਖ ਹੋ ਜਾਈਏ।